ਭਾਈ ਜਾਨ 1 ਸਾਲ ਹੋ ਗਿਆ ਨਿਆ ਪਾਕਿਸਤਾਨ ਕਿੰਨਾ ਬਣਿਆ ਭਾਈ ਜੀ ਸਿੱਧੀ ਗੱਲ ਹੈ ਨਿਆ ਪਾਕਿਸਤਾਨ ਬਣਿਆ ਨਾ ਕਿੱਥੇ ਦਿਖਾਓ ਸਾਰੀ ਆਵਾਮ ਦੇਖੋ ਸਾਰੀ ਪਰੇਸ਼ਾਨ ਬੈਠੀ ਹੈ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਲੱਭਦੀ ਪਈ ਲੋਕ ਪਰੇਸ਼ਾਨ ਹੈ 40-40% ਮਹਿੰਗਾਈ ਹੋ ਗਈ ਉਹਦਾ ਕੌਣ ਦੇਣਦਾਰ ਹਈਏ ਕਹਿੰਦੇ ਨੇ 17% ਟੈਕਸ ਲੈਣਾ ਕਹਿੰਦੇ ਨੇ ਦੁਕਾਨਦਾਰ ਖੁਦ ਕਰ ਰਿਹਾ ਅਸੀਂ ਇੰਨੀ ਨਹੀਂ ਕਰਦੇ ਪਏ ਮਹਿੰਗਾਈ ਕਰਦੇ ਪਏ ਨੇ ਤਾਂ ਫਿਰ ਕੰਟਰੋਲ ਕਿਉਂ ਨਹੀਂ ਕਰਦੇ ਪਏ ਹਕੂਮਤ ਕਿਸ ਚੀਜ਼ ਦਾ ਨਾਂ ਹੈ ਹਕੂਮਤ ਦਾ ਮਕਸਦ ਕੀ ਹੁੰਦਾ ਕੰਟਰੋਲ ਕਰਨਾ ਕਾਹਦਾ ਕੰਟਰੋਲ ਕਰੇਗਾ ਕੌਣ ਕਰੇਗਾ ਕੰਟਰੋਲ ਹਕੂਮਤ ਨੇ ਕਰਨਾ ਨਾ ਅਸੀਂ ਤਾਂ ਨਹੀਂ ਕਰਨਾ ਤੁਸੀਂ ਤਾਂ ਨਹੀਂ ਕਰਨਾ ਵੱਡੇ ਵੱਡੇ ਮਗਰਮੱਛ ਬੈਠੇ ਨੇ ਖਾਣ ਦੇਣ ਕਿਹਨਾਂ ਨੂੰ ਰਜਾਨ ਦੇਣ ਗਰੀਬ ਮਰਦਾ ਪਿਆ ਅਮੀਰ ਅਮੀਰ ਹੋਈ ਜਾ ਰਿਹਾ ਗਰੀਬ ਨੂੰ ਵੀ ਆਂ ਤਾਂ ਖਵਾਓ ਨਾ ਫਿਰ ਪਤਾ ਲੱਗੇ ਪੈਟਰੋਲ ਜਿਹੜਾ ਸੀ ਉਹ 95-96 ਰੁਪਏ ਲੀਟਰ ਸੀ ਜਿਹੜਾ ਇਸ ਟਾਈਮ 117 ਰੁਪਏ 16 ਰੁਪਏ ਹੋਇਆ ਉਹਦਾ ਕੌਣ ਜ਼ਿੰਮੇਦਾਰ ਹੈ ਹਰ ਚੀਜ਼ ਨੂੰ ਰੋਂਦਾ ਪਿਆ ਦੁੱਧ ਨੂੰ ਦਹੀਂ ਨੂੰ ਹਰ ਚੀਜ਼ ਨੂੰ ਰੋਕੀ ਰੋਂਦੇ ਪਏ ਨੇ ਇਹ ਇੱਕ ਮੋਰੀਆ ਬੋਲੇ ਰੋਜ਼ ਲੰਘ ਕੇ ਜਾਂਦੇ ਹਾਂ ਉਹ ਅਜੇ ਤੱਕ ਨਹੀਂ ਬਣਿਆ 1 ਸਾਲ ਦੇ ਵਿੱਚ 1 ਮਨਸੂਬਾ ਨਹੀਂ ਬਣਾ ਸਕੇ ਕੋਈ 1 ਮਨਸੂਬਾ ਤਾਂ ਦੱਸੋ ਨਾ ਕੋਈ ਕੁਛ ਕਰਕੇ ਦਿਖਾਇਆ ਤਾਂ ਸਾਨੂੰ ਪਤਾ ਚੋਰ ਉਹ ਕਹਿੰਦੇ ਨੇ ਮੈਂ ਜਦੋਂ ਚੋਰਾਂ ਨੂੰ ਫੜ ਲਾਂਗਾ ਪੈਸੇ ਕਢਾਵਾਂਗਾ ਫਿਰ ਸਭ ਕੁਝ ਬਣੇਗਾ ਉਹ ਚੰਗੇ ਚੋਰ ਸੀ ਚੋਰ ਵੀ ਸੀ ਤੇ ਸਾਰੇ ਕੰਮ ਵੀ ਹੁੰਦੇ ਸੀ ਹੁਣ ਚੋਰ ਵੀ ਨਹੀਂ ਰੱਜਦਾ ਵੀ ਪਿਆ ਤੇ ਫਿਰ ਕੰਮ ਨਹੀਂ ਹੁੰਦੇ ਕੌਣ ਜ਼ਿੰਮੇਦਾਰ ਉਹ ਚੰਗਾ ਚੋਰ ਸੀ ਨਾ ਚੋਰੀ ਵੀ ਕਰਦਾ ਸੀ ਸਾਰਾ ਕੁਝ ਵੀ ਕਰਦਾ ਸੀ ਮੁਲਕ ਚੱਲਦਾ ਸੀ ਹੁਣ ਤਾਂ ਚੋਰੀ ਵੀ ਨਹੀਂ ਹੁੰਦੀ ਕਰਪਸ਼ਨ ਵੀ ਨਹੀਂ ਹੁੰਦੀ ਇਹਨਾਂ ਦੇ ਬਕੋਲ ਜੰਗੀਰ ਤਰੀਨ ਕਰਪਟ ਬੰਦਾ ਉਹਨੂੰ ਨਾਲ ਜੋੜਿਆ ਹਰ ਗੱਲ ਦੇ ਵਿੱਚ ਹਰ ਕੰਮ ਦੇ ਵਿੱਚ ਜੰਗੀਰ ਤਰੀਨ ਬੈਠਾ ਜ਼ੁਲਫੀ ਬਹਾਰੀ ਦੇ ਉੱਤੇ ਅਟੈਕ ਹੋਇਆ ਸਾਰਾ ਕੁਝ ਹੋਇਆ ਜ਼ੁਲਫੀ ਬਹਾਰੀ ਵੀ ਬੈਠਾ ਕਿਹੜਾ ਕਿਹੜਾ ਬੰਦਾ ਅਲੀਮ ਹਾਂ ਹਰ ਬੰਦਾ ਕਿਹੜਾ ਬੰਦਾ ਉਹਦੀ ਭੈਣ ਸੱਚੀ ਹੈ ਉਸਮਾਨਾ ਤੋਂ ਫਰਿਸ਼ਤੇ ਡਿੱਗੇ ਨੇ ਸਾਰੇ ਬਕਾਇਆ ਸਾਰੇ ਚੋਰ ਨੇ ਉਹ ਇਕੱਲੇ ਹੀ ਸਹੀ ਨੇ ਜਿਹੜੇ ਸਮਾਨਾ ਤੋਂ ਡਿੱਗੇ ਨੇ ਸਾਰੀ ਦੁਨੀਆ ਪਰੇਸ਼ਾਨ ਰੋਂਦੀ ਪਈ ਰੋਕੀ ਰੋਟੀ ਨੂੰ ਤਰਸੇ ਪਏ ਨੇ ਕੌਣ ਦੇਗਾ ਕੌਣ ਆ ਕੇ ਦੱਸੇਗਾ ਉਹਦਾ ਕੋਈ ਜਵਾਬ ਵੀ ਤਾਂ ਦੇਵੇ ਨਾ ਹਕੂਮਤ ਕਹਿੰਦੀ ਪਈ ਆ ਮਹਿੰਗਾਈ ਹੋਈ ਹੈ ਮਹਿੰਗਾਈ ਹੋਈ ਹੈ ਚਲੋ ਸਮਝ ਆਉਂਦੀ ਹੈ ਆਹਰ ਮਹਿੰਗਾਈ ਕੀਤੀ ਕਿੰਨੇ ਵੇ ਆ ਕਹਿੰਦੇ ਅਸੀਂ ਨਹੀਂ ਕੀਤੀ ਮਹਿੰਗਾਈ ਕਿੰਨੇ ਕੀਤੀ ਜਿਹਨੇ ਕੀਤੀ ਉਹਨੂੰ ਕੰਟਰੋਲ ਕਰਨ ਨਾ ਫਿਰ ਦਾਲ ਲੈਣ ਚਲ ਜਾਓ ਉਹ ਨਹੀਂ ਸਮਝ ਆਉਂਦੀ ਮਸਰ 35 ਰੁਪਏ ਪਾ ਸੀ 70 ਰੁਪਏ ਪਾ ਹੋ ਗਏ ਕੌਣ ਜ਼ਿੰਮੇਦਾਰ ਕਿਹੜੀ ਕਿਹੜੀ ਚੀਜ਼ ਚੀਨੀ ਜਿਹੜੀ ਹੈ ਚੀਨੀ 80 ਰੁਪਏ 'ਤੇ ਚਲੇ ਗਈ 50 ਰੁਪਏ ਕਿਲੋ ਚੀਨੀ ਸੀ ਨਵਾਜ਼ ਸ਼ਰੀਫ ਦੌਰ 'ਚ ਨਵਾਜ਼ ਸ਼ਰੀਫ ਬੁਰਾ ਸੀ ਨਾ ਨਵਾਜ਼ ਸ਼ਰੀਫ ਬੁਰਾ ਨਾ ਉਹਨੇ ਚੋਰੀ ਕੀਤੀ ਕਰਪਟ ਕਰਪਟ ਹੈ ਇਹਨਾਂ ਦੀ ਨਜ਼ਰ ਚਲੋ ਇਹਨਾਂ ਦੀ ਗੱਲ ਮੰਨ ਲੈਂਦੇ ਕਰਪਟ ਹੈ ਨਾ ਉਹਨੇ ਚੋਰੀ ਕੀਤੀ ਤਾਂ ਮੁਲਕ ਚੱਲਦਾ ਪਿਆ ਸੀ ਇਹਨਾਂ ਨੇ ਚੋਰੀ ਵੀ ਨਹੀਂ ਕੀਤੀ ਤਾਂ ਮੁਲਕ ਚੱਲਦਾ ਪਿਆ ਰੋਂਦੇ ਪਏ ਨੇ ਲੋਕ ਡੈਮ ਦੇ ਪੈਸੇ ਨੇ ਡੈਮ ਦਾ ਫੰਡ ਇਕੱਠਾ ਕੀਤਾ ਉਹ ਕਿੱਥੇ ਗਿਆ ਉਹ ਚੀਫ ਜਸਟਿਸ ਜਾ ਕੇ ਬਾਹਰ ਬੈਠਾ ਸਾਡੇ ਮੁਲਕ ਦਾ ਬੇੜਾ ਗਰਕ ਕਰ ਗਏ ਕਹਿ ਰਹੇ ਸੀ ਨਾ ਡੈਮ ਦੇ ਉੱਤੇ ਪਹਿਰਾ ਦਿਆਂਗਾ ਮੰਜੀ ਡਾ ਕੇ ਇੱਥੇ ਪਹਿਰਾ ਦਿਆਂਗਾ ਉਹ ਕਿਹੜੀ ਮੰਜੀ ਉਹ ਤਾਂ ਨਜ਼ਰ ਵੀ ਨਹੀਂ ਆਉਂਦੀ ਵੀ ਉਹਨਾਂ ਦੀ ਤਾਂ ਰੂਹ ਵੀ ਨਹੀਂ ਨਜ਼ਰ ਆਉਂਦੀ ਪਈ ਡੈਮ ਦੇ ਉੱਤੇ ਰੇਲਵੇ ਦੇ ਵਿੱਚ ਉਹਨਾਂ ਨੇ ਡੈਮ ਦੇ ਪੈਸੇ ਲਿੱਤੇ ਨੇ ਰੇਲਵੇ ਦੇ ਟੈਕਸ ਲਾ ਕੇ ਟਿਕਟ ਲਵੋ ਅਤੇ ਨਾਲ ਡੈਮ ਦੇ ਪੈਸੇ ਦਿਓ ਫੰਡ ਦਿਓ ਉਹ ਕਿੱਧਰ ਗਏ ਪੈਸੇ ਡੈਮ ਦਾ ਇੰਨਾ ਪੈਸਾ ਸੀ ਉਹ ਕਿੱਧਰ ਗਿਆ ਕੋਈ ਇੱਕ ਚੀਜ਼ ਦੱਸ ਦਿਓ ਤੁਸੀਂ ਮੈਨੂੰ ਕੋਈ ਇਹਨਾਂ ਦੀ ਇੱਕ ਕੰਮ ਵੀ ਜਿਹੜਾ ਇਹਨਾਂ ਨੇ ਕੋਈ ਚੰਗਾ ਕੀਤਾ ਹੋਏ ਇੰਨੇ ਮਨਸੂਬੇ ਉਹਨੇ ਲੱਗੇ ਨਵਾਜ਼ ਸ਼ਰੀਫ ਦੇ ਦੌਰ 'ਚ ਇੱਕ ਮਨਸੂਬਾ ਵੀ ਇਹਨੇ ਲਾਇਆ ਤਾਂ ਦੱਸੋ ਕੋਈ ਇੱਕ ਛੋਟਾ ਜਿਹਾ ਵੀ ਮਨਸੂਬਾ ਤਾਂ ਦੱਸੋ ਇੱਕ ਸਿਰਫ ਇਹ ਇੱਕ ਮੋਰੀਆ ਬੋਲਦਾ ਮਨਸੂਬਾ ਅੱਜ ਹੀ 1 ਸਾਲ ਹੋ ਗਿਆ ਸਾਰੀ ਆ ਜਿਹੜੀ ਹੈ ਅੰਦਰੂਨ ਜਿਹੜਾ ਹੈ ਲਾਹੌਰ ਸਾਰਾ ਪਰੇਸ਼ਾਨ ਉੱਥੋਂ ਲੰਘਣ ਜਾਈਦਾ ਪਤਾ ਲੱਗ ਜਾਂਦਾ ਕਿ ਕੀ ਬਣਦਾ ਕੀ ਵਜ੍ਹਾ ਕਿਉਂ ਨਹੀਂ ਬਣਦਾ ਪਿਆ ਕੋਈ ਆਈਡੀਆ ਪੁੱਛੋ ਤਾਂ ਕਹਿੰਦੇ ਜੀ ਸ਼ੁਭਾਸ਼ ਜੀ ਪੈਸੇ ਖਾ ਗਿਆ ਖਾ ਗਿਆ ਤਾਂ ਸ਼ੁਭਾਸ਼ ਨੂੰ ਵੜ ਕੇ ਅੰਦਰ ਦਿਓ ਪਤਾ ਲੱਗੇ ਕਿੱਥੋਂ ਖਾਧੇ ਨੇ ਉਹ ਜਿਨ੍ਹਾਂ ਨੂੰ ਫੜਿਆ ਉਹਨਾਂ ਕੋਲ ਪੈਸੇ ਲਵੋ ਨਾ ਖਾਧੇ ਨੇ ਇਹਨਾਂ ਨਵਾਜ਼ ਸ਼ਰੀਫ ਨੇ ਪੈਸਾ ਲੈ ਕੇ ਵਾਹੋ ਲਵੋ ਨਾ ਪੈਸਾ ਕਿੱਥੇ ਵੇ ਕੋਈ ਇੱਕ ਗੱਲ ਤਾਂ ਦੱਸਣ ਨਾ ਕੋਈ ਇੱਕ ਅੰਬਲ ਵੀ ਹੁਣ ਤੱਕ ਕੀਤਾ ਨਾ ਪੀਟੀਆਈ ਨੇ ਕੋਈ ਇੱਕ ਅੰਬਲ ਦਿਖਾ ਦਿਓ ਚੋਰ ਫੜੇ ਚੋਰ ਕਿਹੜੇ ਚੋਰ ਫੜੇ ਨੇ ਉਹ ਚੋਰ ਨੇ ਚੋਰਾਂ ਕੋਲ ਪੈਸੇ ਵੀ ਤਾਂ ਵਸੂਲ ਕਰੀਦੇ ਨੇ ਨਾ ਉਹ ਕਿੰਨੇ ਕਰਨੇ ਨੇ ਦਿਖਾਓ ਕਿੰਨੇ ਦਿਖਾਣੇ ਨੇ ਕਿਸ ਤਰ੍ਹਾਂ ਚੱਲੇਗਾ ਮੁਲਕ ਕਿਸ ਤਰ੍ਹਾਂ ਚੱਲੇਗਾ ਕੋਈ ਦੱਸਣ ਤਾਂ ਸੀ ਨਾ ਟੈਕਸ ਲਾ ਰਹੇ ਨੇ 17% ਟੈਕਸ 40% ਮਹਿੰਗਾਈ ਪਹਿਲੇ ਕਰਤੀ ਹੈ 17% ਤਾਂ ਬਾਅਦ ਚੋਂ ਲੱਗਣਾ ਆਵਾਮ ਇੱਥੇ 20 ਰੁਪਏ ਨਹੀਂ ਖਰਚਦੀ ਪਈ ਵੱਧ ਅਤੇ 17% ਟੈਕਸ ਲਾਉਣ ਤੋਂ ਪਹਿਲਾਂ ਹੀ 40 ਰੁਪਏ ਵੱਧ ਗਏ ਨੇ ਉਸ ਤੋਂ ਬਾਅਦ ਕੌਣ ਮਹਿੰਗਾਈ ਕਰ ਰਿਹਾ ਹਾਜੀਆਂ ਨੂੰ ਜਾ ਕੇ ਵੇਖ ਲਓ ਲੋਕਾਂ ਨੇ ਐਡੇ ਐਡੇ ਮਹਿੰਗਾ ਪੈਕੇਜ ਦਿੱਤਾ ਹੈ ਹਾਜੀਆਂ ਦਾ 5-5 ਲੱਖ ਰੁਪਏ ਦਾ ਪੈਕੇਜ ਵਿਚਾਰੇ ਉੱਥੇ ਰੋਂਦੇ ਪਏ ਨੇ ਰੋਟੀ ਨਾਕਸ ਦਿੱਤੀ ਹੈ ਖਾਣੇ ਨਾਕਸ ਦਿੱਤੇ ਨੇ ਜਿੰਨੇ ਖਾਣੇ ਨੇ ਸਾਰੇ ਨਾਕਸ ਦਿੱਤੇ ਨੇ ਲੋਕੀ ਰੋਂਦੇ ਪਏ ਨੇ ਦੀਨ ਨੂੰ ਵੀ ਨਹੀਂ ਇਹਨਾਂ ਨੇ ਛੱਡਿਆ ਬਿਹਤਰੀ ਕਿੱਸੇ ਆਏਗੀ ਬਿਹਤਰੀ ਤਾਂ ਆਏਗੀ ਕਮ ਸੇ ਕਮ ਆਪਣਾ ਜਿਹੜਾ ਨਾ ਪਹਿਲਾਂ ਕਿਬਲਾ ਦਰੁਸਤ ਕਰਨਾ ਪਏਗਾ ਫਿਰ ਹੀ ਬਿਹਤਰੀ ਆਏਗੀ ਸਾਡੀ ਨਜ਼ਰ ਦੇ ਵਿੱਚ ਤਾਂ ਨਵਾਜ਼ ਸ਼ਰੀਫ ਬੈਸਟ ਸੀ ਉਸ ਤੋਂ ਅੱਗੇ ਕੁਛ ਨਹੀਂ ਹੈ